ਸਤਿ ਸ਼੍ਰੀ ਅਕਾਲ ਜੀ, ਮੈਂ ਵਿਨੇ ਹਰੀ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਨਵੇਕਲੀਆਂ ਗੱਲਾਂ ਲੈ ਕੇ ਹਾਜ਼ਰ ਹਾਂ ਜੀ। ਅਕਸਰ ਹੁੰਦਾ ਕੀ ਹੈ, ਜਦੋਂ ਕਿਸੇ ਨੇ ਵਿਦੇਸ਼ ਦੇ ਵਿੱਚ ਜਾਣਾ ਹੁੰਦਾ, ਇਹ ਵਿਦੇਸ਼ ਜਾਣ ਵਾਲਾ ਮਸਲਾ ਜੁੜਿਆ ਹੁੰਦਾ ਵਾ ਕਾਰੋਬਾਰ ਦੇ ਨਾਲ, ਰੋਜ਼ਗਾਰ ਦੇ ਨਾਲ। ਕਿਸੇ ਮਾਂ ਦੇ ਇਲਾਜ ਹੋਣਾ ਹੁੰਦਾ ਵਾ ਬਾਹਰੋਂ ਪੈਸੇ ਆਉਣ ਨਾਲ, ਕਿਸੇ ਬੱਚੇ ਦੇ ਜਵਾਕ ਦੇ ਖਿਡੌਣੇ ਆਉਣੇ ਹੁੰਦੇ ਆ ਉਹਨਾਂ ਪੈਸਿਆਂ ਦੇ ਨਾਲ। ਕਈ ਤਰ੍ਹਾਂ ਦੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਜਦੋਂ ਇੱਕ ਬੱਚਾ ਵਿਦੇਸ਼ ਦੇ ਵਿੱਚ ਜਾਂਦਾ। ਅੱਜ ਵਿਦੇਸ਼ ਜਾਂਦਿਆਂ ਹੋਇਆ 20 ਤੋਂ 25 ਸਾਲ ਹੋ ਗਏ ਪੰਜਾਬੀਆਂ ਨੂੰ, ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਮੱਲਾਂ ਮਾਰੀਆਂ ਜਾ ਕੇ ਲੋਕਾਂ ਨੇ। ਹਰ ਇੱਕ ਪੰਜਾਬੀ ਵੀਰ ਅੱਜ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ, ਬਾਹਰ ਜਾਣ ਦਾ ਰੁੱਖ ਹੀ ਸਭ ਤੋਂ ਪਹਿਲਾਂ ਨਜ਼ਰ ਆਉਂਦਾ, ਕਿਉਂਕਿ ਰੁਜ਼ਗਾਰ ਨਹੀਂ ਹੈਗੇ। ਇਸੇ ਬਾਬਤ ਅੱਜ ਚਰਚਾ ਕਰਾਂਗੇ, ਮੇਰੇ ਦੋ ਵੀਰ ਮੇਰੇ ਨਾਲ ਨੇ। ਸਾਡੀ ਕੰਪਨੀ 'ਚ ਬਹੁਤ ਸਾਰੇ ਲੋਕ ਹੁੰਦੇ ਨੇ, ਅਕਸਰ ਮੈਂ ਹੀ ਤੁਹਾਨੂੰ ਨਜ਼ਰ ਆਉਂਦਾ। ਬਹੁਤ ਸਾਰੀ ਫੌਜ ਆ ਸਾਡੇ ਕੋਲ, ਬਹੁਤ ਸਾਰੇ ਸਾਡੇ ਕੋਲ ਲੀਡਰ ਨੇ ਜਿਹੜੇ ਟਾਈਮ ਟੂ ਟਾਈਮ ਕੰਪਨੀ ਨੂੰ ਡਿਵੋਟ ਕਰਦੇ ਨੇ, ਟਾਈਮ ਦਿੰਦੇ ਨੇ, ਆਪਣੀ ਇਨਪੁੱਟ ਦਿੰਦੇ ਨੇ। ਮੇਰੇ ਨਾਲ ਨੇ ਸਾਡੇ ਸਾਥੀ ਬਰਨਾਲੇ ਤੋਂ ਵਿਕਾਸ ਜੀ। ਹਾਂਜੀ, ਨਮਸਕਾਰ ਤੁਹਾਡਾ। ਨਮਸਕਾਰ ਜੀ। ਵਰਿੰਦਰ ਜੀ, ਨਮਸਕਾਰ। ਵਿਕਾਸ ਜੀ ਔਰ ਵਰਿੰਦਰ ਜੀ ਨੂੰ ਅੱਜ 8 ਮਹੀਨੇ ਹੋ ਗਏ ਸਾਡੇ ਨਾਲ ਜੁੜਿਆ ਹੋਇਆ, ਅਤੇ ਇਹ ਪਹਿਲੇ ਦਿਨ ਤੋਂ ਏਮ ਲੈ ਕੇ ਆਏ ਸੀਗੇ ਕਿ ਅਸੀਂ ਲੋਕਾਂ ਨੂੰ ਸਹੀ ਸਰਵਿਸ ਦੇਣੀ, ਅਤੇ ਅੱਜ ਅਸੀਂ ਵਿਕਾਸ ਜੀ ਕੋਲੋਂ ਅਤੇ ਵਰਿੰਦਰ ਜੀ ਕੋਲ ਜਾਣਾਂਗੇ ਕਿ 8 ਮਹੀਨਿਆਂ ਦਾ ਸਫ਼ਰ ਕਿੱਦਾਂ ਦਾ ਰਿਹਾ, ਅਤੇ ਆਓ ਵਿਕਾਸ ਜੀ ਕੋਲ ਜਾਂਦੇ ਹਾਂ। ਹੋਰ ਵਿਕਾਸ ਜੀ, ਨਮਸਕਾਰ ਸਰ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਡੇ ਨਾਲ ਜੁੜ ਕੇ ਇੱਕ ਫਕਰ ਵਾਲੀ ਗੱਲ ਹੁੰਦੀ ਹੈ ਜੀ, ਕਿ ਜੋ ਸਾਡੇ ਐਕਸਪੀਰੀਅੰਸ ਦੀ ਗੱਲ ਹੈ ਸਰ, ਸਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਅੱਜ ਕੱਲ੍ਹ ਦੇਖੋ ਏਜੰਟ ਦੇ ਨਾਮ 'ਤੇ ਕਿਸ ਤਰ੍ਹਾਂ ਦਾ ਦਾਗ ਲੱਗਿਆ ਹੁੰਦਾ ਹਰੇਕ ਵਾਰੀ। ਲੋਕਾਂ ਦਾ ਕਹਿਣਾ ਹੁੰਦਾ ਕਿ ਇਹ ਹਮੇਸ਼ਾ ਇਹ ਲੋਕਾਂ ਨੂੰ ਲੁੱਟਦੇ ਨੇ ਜਾਂ ਇਸ ਤਰ੍ਹਾਂ ਦੇ ਵਿਚਾਰ ਪੇਸ਼ ਹੁੰਦੇ ਨੇ, ਬਟ ਜੋ ਆਪਣੀ ਪ੍ਰੋਫਾਈਲ ਹੈ, ਜੋ ਆਪਾਂ ਲੋਕਾਂ ਦਾ ਹੁੰਦਾ, ਆਪਣਾ ਇੱਕ ਸਭ ਤੋਂ ਵੱਡਾ ਏਮ ਹੈ ਕਿ ਆਪਾਂ 100% ਪੈਸਾ ਜਿਹੜਾ ਤੁਹਾਡੀ ਆਪਣੀ ਕੰਪਨੀ ਹੈ ਉਹ ਆਪਣੀ ਵੀਜ਼ਾ ਲੈਣ ਤੋਂ, ਵੀਜ਼ਾ ਲੱਗਣ ਤੋਂ ਬਾਅਦ ਹੈ ਸਰ। ਮੇਨ ਫੋਕਸ ਸਾਡਾ ਪੈਸੇ ਵੀਜ਼ਾ ਲੈਣ ਤੋਂ ਬਾਅਦ ਨੇ, ਬਿਲਕੁਲ। ਇਸ ਚੀਜ਼ ਦਾ ਕੀ ਬੈਨੀਫਿਟ ਹੁੰਦਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ? ਅੱਜ ਬਹੁਤ ਉਂਗਲਾਂ ਉੱਠਦੀਆਂ ਪਈਆਂ ਸਾਡੇ 'ਤੇ ਵੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। ਜਿੱਦਾਂ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਆਪਾਂ ਫੀਸ ਲੈਂਦੇ ਹਾਂ, ਇਸਦਾ ਮੇਨ ਬੈਨੀਫਿਟ ਇਹੀ ਹੈ, ਕਿਉਂਕਿ ਮੋਸਟ ਆਫ ਦਾ ਸਟੂਡੈਂਟਸ ਜੋ ਨੇ ਆਪਣੇ ਕੋਲ ਆਉਂਦੇ ਨੇ ਉਹ ਰਿਫਿਊਜ਼ ਹੋ ਕੇ ਹੀ ਆਉਂਦੇ ਨੇ। 1.5-2 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ। ਜੀ ਜੀ ਸਰ, 1.5-2 ਲੱਖ ਉਹ 2 ਲੱਖ ਰੁਪਏ ਦਾ ਜ਼ਿੰਮੇਵਾਰ ਕੌਣ ਹੈ ਜੀ? ਬਿਲਕੁਲ ਜ਼ਿੰਮੇਵਾਰ ਕੌਣ ਕੌਣ ਲੈਂਦਾ ਉਸ 2 ਲੱਖ ਰੁਪਏ ਦੀ ਜ਼ਿੰਮੇਵਾਰੀ ਜਦੋਂ ਕਿਸੇ ਦਾ ਪੈਸੇ ਖਰਾਬ ਹੋ ਜਾਂਦੇ? ਏਜੰਟ ਤਾਂ ਕਹਿ ਲੈਂਦਾ ਨਹੀਂ ਨਹੀਂ ਤੁਸੀਂ ਤਾਂ ਪਹਿਲਾਂ ਫੀਸ ਭੇਜੋ ਜੀ, ਸਾਨੂੰ ਆਫਰ ਲੈਟਰ ਦੀ ਫੀਸ ਦਿਓ। ਬਿਲਕੁਲ ਉਹ ਭਾਈ, ਇਹ ਦੇਖੋ ਜਿਹਦਾ ਨੁਕਸਾਨ ਹੋ ਗਿਆ ਉਹਦਾ ਵਾਲੀ ਵਾਰ 'ਚ ਕੌਣ ਹੈਗਾ? ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਕੋਈ ਫਾਈਲ ਨਹੀਂ ਫੜਦਾ। ਇੱਕ ਵਾਰ ਵੀਜ਼ਾ ਰਿਫਿਊਜ਼ ਮਤਲਬ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ, ਇਕੱਲਾ ਕਹਿੰਦਾ ਜੀ ਆਹ ਲੈ ਜਾਓ ਜੀ। ਜਦੋਂ ਅਪਲਾਈ ਕਰਨਾ ਸੀਗਾ ਉਦੋਂ 10,000 ਰੁਪਏ ਦੇ ਦਿਓ, 20,000 ਰੁਪਏ ਦੇ ਦਿਓ, 50,000 ਰੁਪਏ ਦੇ ਦਿਓ, ਜਦੋਂ ਰਿਫਿਊਜ਼ ਹੋ ਗਿਆ ਲੋਕ ਮਿਲਦੇ ਹੀ ਨਹੀਂ। ਕੀ ਐਕਸਪੀਰੀਅੰਸ ਹੈ ਤੁਹਾਡਾ ਜਦੋਂ ਇੱਕ ਵਾਰ ਵੀਜ਼ਾ ਰਿਫਿਊਜ਼ ਹੋ ਜਾਂਦਾ, ਕੀ ਅਸੀਂ ਉਹਨੂੰ ਮਿਲਦੇ ਹਾਂ ਉਸ ਤੋਂ ਬਾਅਦ ਕਲਾਇੰਟ ਨੂੰ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ। ਜਦੋਂ ਆਪਾਂ ਇੱਕ ਵੀਜ਼ਾ ਕਿਸੇ ਦਾ ਰਿਫਿਊਜ਼ ਹੋਇਆ ਹੈ, ਜਦੋਂ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਹੈ ਜਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਤਾਂ ਅਸੀਂ ਖੁੱਲ੍ਹ ਕੇ ਉਹਨੂੰ ਮਿਲ ਸਕਦੇ ਹਾਂ ਵੀ ਹਾਂ, ਉਹਨੂੰ ਐਕਸਪਲੇਨ ਕਰ ਸਕਦੇ ਹਾਂ ਵੀ ਤੇਰਾ ਇਹ ਰੀਜ਼ਨ ਹੈ, ਤੇਰਾ ਇਹ ਰੀਜ਼ਨ ਹੈ ਵੀ ਇਸ ਫਾਈਲ ਦੇ ਵਿੱਚ ਇਹ ਕਮੀ ਰਹੀ ਹੈ, ਤੇ ਹੁਣ ਆਪਾਂ ਇਸ ਨੂੰ ਕਾਰਨ ਦੱਸ ਸਕਦੇ ਹਾਂ, ਆਪਾਂ ਕਾਰਨ ਪਿਓਰਲੀ ਦੱਸ ਸਕਦੇ ਹਾਂ। ਵਰਿੰਦਰ ਜੀ, ਤੁਹਾਡਾ ਤਜਰਬਾ ਕੀ ਕਹਿੰਦਾ ਵੀ ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਬੜੇ ਲੋਕਾਂ ਨੂੰ ਮਿਲੇ ਹੋ ਜਿਹਨਾਂ ਤੁਹਾਡੇ ਕੋਲ ਵੀਜ਼ਾ ਰਿਫਿਊਜ਼ ਹੋ ਗਿਆ ਜੀ, ਉਸ ਬੰਦੇ ਦਾ ਕੀ ਮਾਹੌਲ ਹੁੰਦਾ, ਉਹ ਬੰਦਾ ਕੀ ਚਾਹੁੰਦਾ ਹੁੰਦਾ ਸੁਣਨਾ ਜੀ? ਦੇਖੋ ਜੀ, ਜਿਸ ਕੈਂਡੀਡੇਟ ਨੇ ਆਪਣੇ ਕੋਲੋਂ ਵੀਜ਼ਾ ਅਪਲਾਈ ਕੀਤਾ, ਹਾਂਜੀ, ਮੋਸਟਲੀ ਉਹਨੂੰ ਆਸ ਹੁੰਦੀ ਹੈ ਕਿ ਮੇਰਾ ਵੀਜ਼ਾ ਆਏਗਾ, ਲਿਆ ਕੇ ਦੇਣਗੇ। ਇਨ ਕੇਸ ਦੇਖੋ ਰਿਫਿਊਜ਼ਲਾਂ ਸਭ ਦੀਆਂ ਆਉਂਦੀਆਂ, ਵੀਜ਼ਾ ਦੇਣ ਵਾਲੀ ਅੰਬੈਸੀ ਹੈ, ਕੋਈ ਏਜੰਟ ਨਹੀਂ, ਠੀਕ ਹੈ, ਆਪਣੇ ਵੀ ਵੀਜ਼ੇ ਰਿਫਿਊਜ਼ ਹੁੰਦੇ ਆ। ਇਨ ਕੇਸ ਆਪਣਾ ਜਦ ਵੀ ਕੋਈ ਵੀਜ਼ਾ ਰਿਫਿਊਜ਼ ਹੁੰਦਾ ਤਾਂ ਅਸੀਂ ਮੇਨ ਉਸਨੂੰ ਰੀਜ਼ਨ ਦੱਸਦੇ ਹਾਂ, ਜਾਂ ਉਸ ਰੀਜ਼ਨ 'ਤੇ ਵਰਕਆਊਟ ਕਰਕੇ ਉਸਨੂੰ ਰੀਅਪਲਾਈ ਕਰਕੇ ਉਸਦਾ ਦੁਬਾਰਾ ਆਪਾਂ ਸੋਲੂਸ਼ਨ ਦਿੰਦੇ ਹਾਂ। ਸੋਲੂਸ਼ਨ ਲੋਕ ਚਾਹੁੰਦੇ ਨੇ ਸਾਨੂੰ ਸੋਲੂਸ਼ਨ ਦਿੱਤਾ ਜੀ। ਜਦੋਂ ਕਿਸੇ ਦੇ ਪੈਸੇ ਖਰਾਬ ਹੋ ਗਏ, 2-4 ਵਾਰੀ ਅਲੱਗ ਤੋਂ ਰਿਫਿਊਜ਼ ਹੋ ਗਿਆ, 5ਵੀਂ ਵਾਰੀ ਸਾਡੇ ਕੋਲ ਆ ਗਿਆ, ਅਗਲੇ ਦਾ ਸਾਡੇ ਕੋਲੋਂ 20,000 ਰਿਫਿਊਜ਼ ਹੋ ਗਿਆ, ਲੋਕਾਂ ਦੇ ਨਹੀਂ ਤੁਸੀਂ ਗਰੰਟੀਆਂ ਦਿੰਦੇ ਹੋ, ਸਮਝਣ ਨੂੰ ਟਾਈਮ ਲੱਗਦਾ। ਜਦੋਂ ਕਿਸੇ ਦੇ ਸੱਟ ਲੱਗੀ ਹੈ ਨਾ, ਤੇ ਉਹ ਟਾਈਮ ਲੱਗਣਾ ਠੀਕ ਹੋਣ ਨੂੰ। ਇਹ ਨਹੀਂ ਹੈਗਾ ਕੋਈ ਜਾਦੂ ਦੀ ਛੜੀ, ਅਸੀਂ ਪਹਿਲਾਂ ਲਾਈ ਤੇ ਨਾਲ ਦੀ ਨਾਲ ਹੀ ਵੀਜ਼ਾ ਲੱਗ ਗਿਆ। ਬਿਲਕੁਲ। ਅੱਜ ਬਹੁਤ ਸਾਰੀਆਂ ਏਜੰਸੀਆਂ ਪ੍ਰਮੋਟ ਕਰਦੀਆਂ ਇਸ ਚੀਜ਼ ਨੂੰ ਕਿ ਪਹਿਲਾਂ ਪੈਸੇ ਦਿਓ, ਪਹਿਲਾਂ ਸਾਨੂੰ ਪੈਸੇ ਦਿਓ। ਅੱਜ ਜਿਹੜੀ ਵਾਰ ਹੈ ਉਹ ਸਿੱਧੀ ਸਿੱਧੀ ਹੈ ਕਿ ਪੈਸੇ ਬਾਅਦ 'ਚੋਂ ਲੈਣੇ ਜੀ। ਜਦੋਂ ਕਿਸੇ ਨੇ ਪੈਸੇ ਬਾਅਦ 'ਚੋਂ ਦੇਣੇ ਆ ਤਾਂ ਉਹਦਾ ਨੁਕਸਾਨ ਨਹੀਂ ਹੈਗਾ। ਲੋਕ ਕਹਿੰਦੇ ਜੀ ਤੁਸੀਂ ਪੈਸੇ ਜ਼ਿਆਦਾ ਵੀ ਲੈਂਦੇ ਜੀ, ਇਹ ਸਾਡੇ ਉੱਤੇ ਐਲੀਗੇਸ਼ਨ ਲੱਗਦੇ ਆ ਜੀ ਕਿ ਤੁਸੀਂ ਪੈਸੇ ਜ਼ਿਆਦਾ ਲੈਂਦੇ ਹੋ। ਕੀ ਕਹਿਣਾ ਚਾਹੁੰਦੇ ਇਹਦੇ ਵਾਸਤੇ ਜੀ ਤੁਸੀਂ?
ਸਰ ਦੇਖੋ ਜਦੋਂ ਤੁਸੀਂ ਪਹਿਲਾਂ ਹੁਣ ਬੜੀ ਗੱਲ ਕਲੀਅਰ ਕੀਤੀ ਹੈ, ਕਿਸੇ ਬੱਚੇ ਦਾ ਜਦੋਂ ਰਿਫਿਊਜ਼ ਹੋਇਆ ਕਿਸੇ ਹੋਰ ਜਗ੍ਹਾ ਤੋਂ ਲਗਵਾਇਆ ਉਸਨੇ, ਉਹ ਰਿਫਿਊਜ਼ ਹੋ ਗਿਆ, ਉਹ 3 ਜਾਂ 2.5 ਜਾਂ 3 ਲੱਖ ਰੁਪਇਆ ਉਸਦਾ ਲੋਸ ਹੋ ਚੁੱਕਿਆ। ਉਸ ਲੋਸ ਨੂੰ ਜੇ ਆਪਾਂ ਕਾਊਂਟ ਕਰੀਏ ਉਸਦੇ ਫੁੱਲ ਉਹਦੇ ਫੁੱਲ ਸਿਸਟਮ ਦੇ ਵਿੱਚ, ਫੁੱਲ ਕੋਰਸ ਦੇ ਕੈਨੇਡਾ ਜਾਣ ਤੱਕ ਦੇ ਖਰਚੇ ਦੇ ਵਿੱਚ, ਉਹ ਆਪਣੇ ਕੇਸ ਨਾਲੋਂ ਕਿਤੇ ਨਾ ਕਿਤੇ ਜਾ ਕੇ ਸਸਤਾ ਹੋ ਜਾਣਾ ਹੈ, ਜਦੋਂ ਉਹ 3 ਲੱਖ ਰੁਪਏ ਦੀ ਪਹਿਲਾਂ ਮਾਰਕ ਆ ਚੁੱਕਿਆ ਹੈ। ਠੀਕ ਹੈ ਨਾ। ਦੂਸਰਾ, ਕਈ ਏਜੰਟ ਸਰ, ਮੈਂ ਤੁਹਾਡੇ ਨਾਲ ਤੁਹਾਡੀ ਵੀ ਇਸ ਗੱਲ ਤੋਂ ਥੋੜ੍ਹੀ ਜਾਣਕਾਰੀ ਚਾਹੁੰਦੇ ਹਾਂ, ਕਈ ਏਜੰਟ ਨੇ ਜਿਵੇਂ ਫੰਡ ਸ਼ੋਅ ਕਰਨ ਦੇ ਨਾਮ 'ਤੇ ਪੈਸੇ ਲੈ ਜਾਂਦੇ ਨੇ, ਉਹ ਸਰ ਉਸਦਾ ਬੜਾ ਵੀ ਲੋਕ ਕਹਿ ਰਹੇ ਨੇ, ਉਹਨਾਂ ਦੀ ਫਾਈਲ ਦੇ ਵਿੱਚ ਈਵਨ ਫੰਡ ਵੀ ਨਹੀਂ ਲੱਗੇ ਹੁੰਦੇ, ਉਹ ਕਹਿ ਰਹੇ ਨੇ ਵੀ ਮੇਰੇ ਤੋਂ ਫਾਈਲ ਦਾ ਉਹਨਾਂ ਨੇ ਫੰਡ ਸ਼ੋਅ ਕਰਨ ਦਾ 1.5 ਲੱਖ ਰੁਪਇਆ ਲਾਇਆ ਜਾਂ 1 ਲੱਖ ਰੁਪਇਆ ਲਿਆ ਕਿਸੇ ਤੋਂ ਅਲੱਗ ਅਲੱਗ ਜੋ ਵੀ ਬੰਦਾ ਸਹਿੰਦਾ ਗਾ ਉਸਦਾ ਲਿਆ ਹੋਇਆ। ਉਹ ਲੋਕ ਸਾਡੇ ਕੋਲ ਬਥੇਰੇ ਆਉਂਦੇ ਨੇ, ਬੜਾ ਦੁੱਖ ਹੁੰਦਾ ਉਹਨਾਂ ਨੂੰ ਮਿਲ ਕੇ ਵੀ ਹਾਂ ਵੀ ਫਾਈਲ ਦੇ ਵਿੱਚ ਤੁਹਾਡੇ ਕੋਲ ਬੜੇ ਲੋਕ ਆਏ। ਤੁਸੀਂ ਮੈਨੂੰ 1-2 ਵਾਰੀ ਕਾਲ ਵੀ ਕੀਤੀ ਕਿ ਲੋਕਾਂ ਕੋਲ ਆਸਟ੍ਰੇਲੀਆ ਦੇ ਨਾਂ ਦੇ ਫੰਡਾਂ ਦੇ ਪੈਸੇ ਦਿੱਤੇ ਜਾਂਦੇ ਔਰ ਫਾਈਲ ਜਮ੍ਹਾਂ ਵੀ ਨਹੀਂ ਕਰਾਏ ਜਾਂਦੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ ਦੇਖੋ, ਜਿੱਦਾਂ ਵੀ ਕੋਈ ਕੈਂਡੀਡੇਟ ਆਪਣੀ ਫਾਈਲ ਲਗਾਉਂਦਾ, ਮੋਸਟ ਆਫ ਦਾ ਜਿਹੜੇ ਆਪਣੇ ਏਜੰਟਸ ਨੇ ਉਹ ਪਹਿਲਾਂ ਕੈਂਡੀਡੇਟ ਨੂੰ ਗਾਈਡ ਹੀ ਨਹੀਂ ਕਰਦੇ ਕਿ ਉਹ 'ਚ ਫੰਡ ਲੱਗਣੇ ਆ ਨਾ ਲੱਗਣੇ ਆ। ਜਿੱਦਾਂ ਬਾਅਦ 'ਚ ਉਹਨਾਂ ਨੂੰ ਮੌਕੇ 'ਤੇ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਪ੍ਰੋਫਾਈਲ ਲਈ ਤੁਹਾਨੂੰ 20 ਲੱਖ ਰੁਪਈਆ ਲਗਾਉਣ ਦੀ ਲੋੜ ਪਏਗੀ, ਤਾਂ 2-4 ਦਿਨ 'ਚ ਕੋਈ ਕੈਂਡੀਡੇਟ ਕਿੱਦਾਂ 20 ਲੱਖ ਰੁਪਏ ਦਾ ਅਰੇਂਜ ਕਰੇਗਾ? ਕੋਈ ਵੀ ਨਹੀਂ ਕਰ ਸਕਦਾ। ਤਾਂ ਉਸਨੂੰ ਇਹ ਕਹਿ ਦਿੱਤਾ ਜਾਂਦਾ ਵੀ ਅਸੀਂ ਤੇਰੇ ਤੋਂ, ਅਸੀਂ ਖੁਦ ਤੇਰੇ ਤੋਂ 20 ਲੱਖ ਦਾ ਜਿਹੜੇ ਫੰਡ ਆ ਅਸੀਂ ਅਰੇਂਜ ਕਰ ਦਾਂਗੇ, ਤੁਸੀਂ ਸਾਨੂੰ ਉਹਦਾ ਵਿਆਜ ਦੇ 2 ਲੱਖ 1.5 ਲੱਖ ਰੁਪਇਆ ਤੁਸੀਂ ਸਾਨੂੰ ਪੇ ਕਰ ਦਿਓ, ਸਾਰਾ ਕੰਮ ਅਸੀਂ ਕਰ ਦਾਂਗੇ। ਜਦਕਿ ਅਸੀਂ ਬਾਅਦ 'ਚ ਵੀ ਚੈੱਕ ਕਰ ਸਕਦੇ ਹਾਂ ਕਿ ਆਪਣੇ ਉਹ ਫੰਡ ਲੱਗਿਆ ਜਾਂ ਨਾ ਲੱਗਿਆ। ਸਾਡੇ ਕੋਲ ਬਹੁਤ ਸਾਰੇ ਆਪਣੇ ਕੋਲ ਕੇਸ ਆਏ ਨੇ ਜਿੱਦਾਂ ਉਹਨਾਂ ਨੇ ਪੈਸੇ ਦਿੱਤੇ ਵੀ ਆ, ਪੇ ਵੀ ਕੀਤੇ ਆ, ਬਟ ਉਹਨਾਂ ਦੀ ਫਾਈਲ 'ਚ ਕੋਈ ਵੀ ਉਹਨਾਂ ਦੇ ਫੰਡ ਨਹੀਂ ਲੱਗੇ ਹੁੰਦੇ। ਅੱਜ ਠੱਗੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਸਾਡੇ ਕੋਲ ਵੀ ਬਹੁਤ ਸਾਰੇ ਕਲਾਇੰਟ ਪਹੁੰਚਦੇ ਆ। ਇਹ ਮੇਰੇ 2 ਵੀਰ ਜੋ ਕਿ ਸਾਡਾ ਮਾਲਵਾ ਰੀਜਨ ਸੰਭਾਲਦੇ ਆ, ਜੇਕਰ ਤੁਸੀਂ ਬਠਿੰਡਾ ਏਰੀਆ ਦੇ ਵਿੱਚ ਰਹਿੰਦੇ ਹੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਹਰ ਰੋਜ਼ ਇਹ ਕਲਾਇੰਟਸ ਦੇ ਨਾਲ ਜੁੜਦੇ ਆ, ਹਰ ਇੱਕ ਕਲਾਇੰਟ ਨੂੰ, ਹਰ ਇੱਕ ਕੇਸ ਨੂੰ ਇੱਕ ਜ਼ਿੰਦਗੀ ਸਮਝਿਆ ਜਾਂਦਾ ਸਾਡੇ ਦਫ਼ਤਰ ਦੇ ਵਿੱਚ। ਸਾਡੇ ਲਈ ਚੈਲੰਜ ਹੁੰਦਾ ਵਾ ਉਹ ਰਿਫਿਊਜ਼ਲ ਵਾਲਾ ਵੀਜ਼ਾ, ਜੋ ਕੋਈ ਮਾਯੂਸ ਹੋ ਕੇ ਬੈਠਾ ਹੋਇਆ, ਤੁਹਾਡਾ ਵੀਜ਼ਾ ਲੱਗ ਗਿਆ, ਤੁਹਾਡੇ ਨੰਬਰ ਬਹੁਤ ਵਧੀਆ, ਤੁਸੀਂ ਕਿਤੋਂ ਵੀ ਅਪਲਾਈ ਕਰ ਲਿਓ, ਤੁਹਾਡਾ ਵੀਜ਼ਾ ਨਹੀਂ ਲੱਗਾ, ਵੀਜ਼ਾ ਰਿਫਿਊਜ਼ ਹੋ ਚੁੱਕਾ, ਕੀ ਕਰੋਗੇ? ਇੱਕ ਵਾਰ ਸਾਡੇ ਕੋਲ ਜ਼ਰੂਰ ਆਓ। ਵਿਕਾਸ ਜੀ ਤੁਹਾਨੂੰ ਬਠਿੰਡਾ ਰੀਜਨ ਦੇ ਵਿੱਚ ਮਿਲ ਸਕਦੇ ਨੇ, ਇਹਨਾਂ ਦਾ ਨੰਬਰ ਵੀ ਮੈਂ ਹੁਣੇ ਪਾ ਦੂੰਗਾ। ਬਰਨਾਲੇ ਦੇ ਰਹਿਣ ਵਾਲੇ ਨੇ, ਬਰਨਾਲੇ ਵਿੱਚ ਵੀ ਇਹਨਾਂ ਦਾ ਆਫਿਸ ਹੈ, ਬਠਿੰਡੇ ਦੇ ਵਿੱਚ ਵੀ ਸ਼ੁਰੂਆਤ ਕਰ ਰਹੇ ਨੇ। ਉਸ ਏਰੀਏ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਨੌਲੇਜ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਮਿਲੋ। ਦੇ ਆਰ ਐਕਸਪਰਟ, ਇਹ ਹਰ ਚੀਜ਼ ਮੇਰੇ ਨਾਲ ਡਿਸਕਸ ਕਰਕੇ ਹੀ ਕਰਦੇ ਆ। ਸਾਡੀ ਇੱਕੋ ਹੀ ਮੁਹਿੰਮ ਹੈ ਕਿ ਲੋਕਾਂ ਦੇ ਪੈਸੇ ਨਾ ਖਰਾਬ ਹੋਣ। ਜਦੋਂ ਕਿਸੇ ਦੇ ਪੈਸੇ ਖਰਾਬ ਹੁੰਦੇ ਆ ਨਾ, ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਇਨਸਾਨ। 10-20 ਹਜ਼ਾਰ ਰੁਪਈਆ ਕਮਾਉਣ ਲਈ 30 ਦਿਨ ਲੱਗ ਜਾਂਦੇ ਆ। ਜਿਹਦੀ 10-20 ਹਜ਼ਾਰ ਰੁਪਏ ਤਨਖਾਹ ਹੁੰਦੀ ਆ, 30 ਦਿਨ ਉਹ ਇਨਸਾਨ ਕੰਮ ਕਰਦਾ ਵਾ, 8-10 ਘੰਟੇ ਕੰਮ ਕਰਦਾ, ਫਿਰ ਉਹਨੂੰ 20 ਹਜ਼ਾਰ ਰੁਪਇਆ ਮਿਲਦਾ। ਇੱਥੇ ਏਜੰਟ ਡਿਮਾਂਡ ਕਰਦਾ, ਲਿਆਓ ਜੀ 20 ਹਜ਼ਾਰ ਰੁਪਇਆ, ਕਾਹਦਾ? ਔਫਰ ਲੈਟਰ ਦੀ ਫੀਸ। ਬਚੋ ਇੱਦਾਂ ਦੀਆਂ ਏਜੰਸੀਆਂ ਤੋਂ ਜਿਹੜੇ ਤੁਹਾਡੇ ਕੋਲੋਂ ਪੈਸੇ ਲੈਂਦੇ ਆ। ਠੱਗੀ ਬਾਹਰੋਂ ਨਹੀਂ ਹੁੰਦੀ, ਠੱਗੀ ਘਰੋਂ ਸ਼ੁਰੂ ਹੁੰਦੀ ਹੈ, ਠੱਗੀ ਤੁਹਾਡੇ ਅੰਦਰੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇ ਜਾਂਦੇ ਹੋ। ਜਿਹੜੇ ਪੈਸੇ ਦਿੱਤੇ ਕਦੀ ਵੀ ਵਾਪਸ ਨਹੀਂ ਆਉਣੇ। ਜਾਂਦੇ ਜਾਂਦੇ ਵਿਕਾਸ ਜੀ ਕੋਲ ਇੱਕ ਮੈਸੇਜ ਲੈਂਦੇ ਹਾਂ ਕਿ ਜਿਹੜੇ ਲੋਕ ਬਠਿੰਡੇ 'ਚ ਰਹਿੰਦੇ ਨੇ ਜਾਂ ਬਠਿੰਡੇ ਦੇ ਆਲੇ ਦੁਆਲੇ ਰਹਿੰਦੇ ਨੇ, ਉਹ ਕਿੱਦਾਂ ਇਹਨਾਂ ਤੱਕ ਪਹੁੰਚ ਸਕਣ, ਔਰ ਇਹ ਕੀ ਸੋਚਦੇ ਨੇ, ਲੋਕਾਂ ਦੀਆਂ ਸਮੱਸਿਆ ਕੀ ਹੈ ਉਸ ਇਲਾਕੇ 'ਚ, ਔਰ ਉਹਨੂੰ ਕਿੱਦਾਂ ਸਰਵਿਸ ਦੇ ਸਕਦੇ ਨੇ। ਵਿਕਾਸ ਜੀ, ਜਿਵੇਂ ਤੁਸੀਂ ਦੇਖਿਆ, ਮੋਸਟ ਆਫ ਦਾ ਟੋਪਿਕ ਅਸੀਂ ਕਲੀਅਰ ਕਰ ਲਏ ਨੇ, ਬਟ ਉਹਨਾਂ ਨੂੰ ਇੱਕ ਸਮਰਾਈਜ਼ ਕਰਦੇ ਹੋਏ ਜਿਵੇਂ ਸਰ ਨੇ ਸਾਰਾ ਕੁਝ ਕਲੀਅਰ ਕੀਤਾ ਹੈ, ਉਸਦੇ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਕਿਸੇ ਵੀ ਐਡਵਾਂਸ ਜਾਂ ਫੰਡ ਜਾਂ ਕਿਸੇ ਵੀ ਠੱਗੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਇੱਕ ਜਿਹੜੇ ਹੈਗੇ ਆਲੇ ਦੁਆਲੇ ਦੇ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਜਿਵੇਂ ਬਠਿੰਡਾ, ਬਰਨਾਲਾ, ਮੋਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਸਾਡੇ ਕਿਸੇ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰੋ, ਸਲਾਹ ਲਓ। ਸਲਾਹ ਦੇ ਮੁਫਤ ਸਲਾਹ ਦਾ ਕੋਈ ਪੈਸਾ ਨਹੀਂ ਹੈ, ਬਟ ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਆਪਣੇ ਕੇਸ ਨੂੰ ਸਮਝੋ ਕਿ ਕਿੱਥੇ ਲਗਾ ਰਹੇ ਹੋ, ਕੀ ਕਿਸ ਦੇ ਲਈ ਤੁਸੀਂ ਐਲੀਜੀਬਲ ਹੋ। ਬਸ ਕਿਸੇ ਠੱਗੀ ਜਾਂ ਐਡਵਾਂਸ ਜਾਂ ਫਾਲਤੂ ਕਿਸੇ ਵੀ ਤਰ੍ਹਾਂ ਦੇ ਫੰਡ ਖਰਾਬ ਕਰਨ ਦਾ ਜ਼ਰੀਆ ਨਾ ਕਿਸੇ ਨੂੰ ਬਣ ਦਿਓ ਆਪਣੀ ਲਾਈਫ ਦੇ ਵਿੱਚ। ਤੁਸੀਂ ਪੈਸੇ ਹਰ ਇੱਕ ਬੰਦਾ ਬਹੁਤ ਮੁਸ਼ਕਿਲ ਨਾਲ ਕਮਾਉਂਦਾ ਹੈ, ਅਤੇ ਜਦੋਂ ਤੁਸੀਂ ਆਪਣਾ ਸੁਪਨਾ ਸਾਕਾਰ ਕਰਨ ਲਈ ਜਦੋਂ ਪੈਸੇ ਵੇਸਟ ਕਰਦੇ ਹੋ, ਉਸ ਤੋਂ ਬਾਅਦ ਉਹ ਸੁਪਨੇ ਦਾ ਵੀ ਥੋੜ੍ਹਾ ਜਿਹਾ ਤੁਹਾਡਾ ਇੱਕ ਏਮ ਬੰਦਾ ਹਟ ਜਾਂਦਾ ਏਮ ਤੋਂ। ਜਦੋਂ ਰਿਫਿਊਜ਼ਲ, ਇੱਕ ਵਾਰ ਰਿਫਿਊਜ਼ਲ ਵੀ ਆ ਗਈ ਜੇ ਤੁਹਾਡੀ, ਮੰਨ ਲਓ ਜੋ ਤੁਹਾਡੀ ਰਿਫਿਊਜ਼ਲ ਵੀ ਹੈ, ਤਾਂ ਵੀ ਸਾਨੂੰ ਮਿਲੋ, ਆਪਣੇ ਸਾਰੇ ਡਾਕੂਮੈਂਟਸ ਲੈ ਕੇ ਸਾਨੂੰ ਮਿਲੋ, ਅਸੀਂ ਤੁਹਾਨੂੰ ਸਹੀ ਰਾਸਤੇ 'ਤੇ ਤੋਂ ਬਹੁਤ ਹੀ ਜਲਦ ਤੁਹਾਡੀਆਂ ਮੰਜ਼ਿਲਾਂ 'ਤੇ ਪਹੁੰਚਾਵਾਂਗੇ। ਧੰਨਵਾਦ ਵਿਕਾਸ ਜੀ ਤੁਹਾਡਾ। ਮੇਰੇ ਕੋਲ ਮਨਿੰਦਰ ਜੀ ਬੈਠੇ ਨੇ, ਮਨਿੰਦਰ ਜੀ ਕੋਲ ਜਾਂਦੇ ਜਾਂਦੇ ਜਾਣਾ। ਅਗਰ ਮਨਿੰਦਰ ਜੀ, ਇੱਕ ਬੰਦਾ 2-4 ਵਾਰੀ ਰਿਫਿਊਜ਼ ਹੋ ਗਿਆ ਕੈਨੇਡਾ ਦਾ ਵੀਜ਼ਾ, ਕੀ ਉਹ ਵੀਜ਼ਾ ਦੁਬਾਰਾ ਲਿੱਤਾ ਜਾ ਸਕਦਾ? ਜੀ ਬਿਲਕੁਲ ਲਿੱਤਾ ਜਾ ਸਕਦਾ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਉਹਨਾਂ ਸਟੂਡੈਂਟ ਨੂੰ ਜਿਹੜੇ ਰਿਫਿਊਜ਼ ਕਰਾ ਕੇ ਘਰ ਬੈਠੇ ਹੋਏ? ਦੇਖੋ ਜੀ, ਮੈਂ ਤਾਂ ਜੋ ਸਟੂਡੈਂਟ
ਤਾਂ ਜੋ ਅਸੀਂ ਉਹਨਾਂ ਦੇ ਜੋ ਵੀ ਰਿਫਿਊਜ਼ਲ ਦੇ ਰੀਜ਼ਨ ਨੇ ਉਹਨਾਂ ਨੂੰ ਐਨਾਲਿਸਿਸ ਕਰ ਸਕੀਏ ਅਤੇ ਆਪਾਂ ਇੱਕ ਉਹਦਾ ਮੇਨ ਕਾਰਨ ਲੱਭ ਸਕੀਏ ਵੀ ਉਹ ਰਿਫਿਊਜ਼ ਕਿਉਂ ਹੋਇਆ। ਧੰਨਵਾਦ ਜੀ ਤੁਹਾਡਾ, ਬਹੁਤ ਟਾਈਮ ਕੱਢਿਆ ਤੁਸੀਂ। ਟਾਈਮ ਟੂ ਟਾਈਮ ਅਸੀਂ ਹੋਰ ਵੀ ਸਰਵਿਸ ਲਵਾਂਗੇ ਲੋਕਾਂ ਨੂੰ ਦੱਸਾਂਗੇ। 2500 ਰੁਪਈਆ ਫੀਸ ਹੈ ਕੇਪ ਨੋਟਸ ਦੀ, ਤੁਸੀਂ 2500 ਰੁਪਈਆ ਪੇ ਕਰਕੇ ਕੇਪ ਨੋਟਸ ਅਪਲਾਈ ਕਰ ਸਕਦੇ ਹੋ। GCMS ਨੋਟਸ ਹੁੰਦੇ ਆ ਜਿਹਦੇ ਨਾਲ ਤੁਸੀਂ ਆਪਦੇ ਰੀਜ਼ਨ ਤੱਕ ਪਹੁੰਚ ਸਕਦੇ ਹੋ ਕਿ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ। ਜਿਹੜਾ ਤੁਹਾਡੇ ਕੋਲ ਕਾਗਜ਼ ਹੈ ਰਿਫਿਊਜ਼ਲ ਦਾ, ਕੋਈ ਰਿਫਿਊਜ਼ਲ ਲੈਟਰ ਨਹੀਂ ਹੈਗੀ, ਰਿਫਿਊਜ਼ਲ ਲੈਟਰ ਲੈਣੀ ਆ ਅੰਬੈਸੀ ਤੋਂ ਮਿਲਦੀ ਹੈ, ਇਹਨੂੰ GCMS ਨੋਟਸ ਕਹਿੰਦੇ ਆ। 2500 ਰੁਪਇਆ ਇਹਦੀ ਫੀਸ ਹੁੰਦੀ ਹੈ। 30 ਪੇਜਾਂ ਦੇ ਵਿੱਚ ਤੁਹਾਨੂੰ ਨਿਕਲ ਕੇ ਮਿਲਦਾ ਕਿ ਤੁਹਾਡੀ ਫਾਈਲ 'ਚ ਕੀ ਕਮੀ ਸੀਗੀ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ। ਕੋਈ ਚੰਗੀ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਲਿਖੋ। ਇੱਕ ਵਾਰੀ ਫਿਰ ਦੁਬਾਰਾ ਮਿਲਾਂਗੇ ਇੱਕ ਨਵੇਂ ਟੌਪਿਕ 'ਤੇ। ਤੁਹਾਡਾ